ਮੈਡਮ ਆਏ ਇੱਕ ਮਿੰਟ ਸਰ ਜੀ ਇੱਥੇ ਦੇਖੋ ਮੈਡਮ ਆਏ ਇੱਥੇ ਦੇਖੋ ਹਾਂਜੀ ਮੈਡਮ ਜੀ ਥੈਂਕ ਯੂ ਥੈਂਕ ਯੂ ਯਾਰ ਹੱਥ ਪਿੱਛੇ ਕਰ ਲਾ ਮੇਰਾ ਵੀਰ ਤੂੰ ਸਾਹਮਣੇ ਦੇਖ ਅੰਕਲ ਖੜ ਦੋ ਥੈਂਕ ਯੂ ਬਹੁਤ ਬਹੁਤ ਬੜਾ ਲੱਗਿਆ ਉਹਨਾਂ ਨੂੰ ਹੈਲੋ ਥੈਂਕ ਯੂ ਜੀ ਸਾਹਮਣੇ ਵੇਖਿਓ ਸਾਹਮਣੇ ਇਤਿਹਾਸ ਬਾਰੇ ਇਤਿਹਾਸ ਲਿਖਿਆ ਬਾਬਾ ਜੀ ਸਾਰਾ ਠੀਕ ਹੈ ਸਰ ਅਫਸਰ ਇੱਥੇ ਹੋਇਆ ਕਿ ਭਾਰਤ ਸਾਰਾ ਉਹਦੇ 'ਤੇ ਪੈਣਾ ਦੇ ਬਾਅਦ ਗੱਲ ਠੀਕ ਹੈ ਆਪੋ ਆਪਣੀ ਕੰਮ ਨੂੰ ਜ਼ਿੰਮੇਵਾਰੀ ਕਰ ਇਹਨੂੰ ਕਰ ਲਓ ਇੱਕ ਤਾਂ ਲਾਈਟਾਂ ਲੂਟਾਂ ਦਾ ਸੈੱਟ ਕਰ ਲਓ ਸਾਰੇ ਠੀਕ ਹੈ ਅਤੇ ਆਪਣੇ ਗਾਂਧੀ ਚੌਂਕ ਦੇ ਵਿੱਚ ਮੇਨ ਪੋਲ ਲੱਗ ਰਿਹਾ ਜੱਸਾ ਸਿੰਘ ਹਾਲ ਚੌਂਕ ਝੱਲੇ ਤੱਕ ਕਿਉਂ ਨਹੀਂ ਲੱਗਾ ਸਰ ਉੱਥੇ ਲੋਕੇਸ਼ਨ ਜਗ੍ਹਾ ਨਹੀਂ ਹੈਗੀ ਨਾਮ ਕਿਉਂ ਉਹੀ ਕੋਸ਼ਿਸ਼ ਕਰਕੇ ਇੱਥੇ ਨਾਮ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਇੱਕ ਵਿਸ਼ੇਸ਼ ਮੈਸੇਜ ਜਿਹੜਾ ਹਰਿਆਲੀ ਨੂੰ ਪਹਿਲ ਦੇਣ ਦੇ ਜ਼ਰੀਏ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਇੱਕੋ ਸਮੇਂ ਬੂਟੇ ਲਗਾਏ ਗਏ ਨੇ ਔਰ ਕੰਮ ਤਾਂ ਆਲਮੋਸਟ ਜਿਹੜਾ ਮੈਂ ਦੇਖ ਰਿਹਾ ਵੀ ਕਈ ਸੰਸਥਾਵਾਂ ਵੀ ਇਹ ਕੰਮ ਕਰ ਰਹੀਆਂ ਨੇ ਔਰ ਮੈਂ ਰਹਿਣੀ ਵੀ ਹਾਂ ਵੀ ਜਿਹੜਾ ਇਹ ਬੜਾ ਵੱਡਾ ਉਪਰਾਲਾ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਹਵਾ ਦੇਣਾ ਆਕਸੀਜਨ ਪ੍ਰਦੂਸ਼ਿਤ ਜਿਹੜਾ ਸਾਡਾ ਏਰੀਆ ਹੋ ਰਿਹਾ ਸੀ ਪੰਜਾਬ ਹੋ ਰਿਹਾ ਸੀ ਇਹਨੂੰ ਨੱਥ ਪਾਉਣ ਵਾਸਤੇ ਸਾਨੂੰ ਹਰਿਆਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਅਸੀਂ ਉਹਨਾਂ ਦੇ ਤਹਿਤ ਅੱਜ ਜਿਹੜੇ ਬੂਟੇ ਜਿਹੜੇ ਲਾਏ ਸ਼ੁਰੂ ਕੀਤੇ ਸਰ ਇੱਕ ਦੇਖਿਆ ਜਾਂਦਾ ਕਿ ਵਾਰ ਵਾਰ
ਸਰਕਾਰਾਂ ਵੱਲੋਂ ਜਾਂ ਮੰਡੀ ਵੱਲੋਂ ਕਿਹਾ ਜਾਂਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕੰਮ ਜਿਹੜੇ ਲੋਕਾਂ ਦੇ ਨੇ ਉਹ ਪਹਿਲ ਦੇ ਆਧਾਰ 'ਤੇ ਕੀਤੇ ਜਾਣ, ਜਦੋਂ ਵੀ ਲੋਕ ਆ ਕੇ ਮਿਲਣ ਅਤੇ ਉਹਨਾਂ ਨੂੰ ਕੁਰਸੀ 'ਤੇ ਬੈਠੇ ਨਜ਼ਰ ਆਉਣ, ਪਰ ਫਿਰ ਵੀ ਅਸੀਂ ਦੇਖਿਆ ਕਿ ਕਈ ਲੋਕ ਐਸੇ ਨਹੀਂ ਜਿਹੜੇ ਤੁਹਾਡੇ ਤੱਕ ਪਹੁੰਚ ਕਰਦੇ ਕਿ ਸਾਡੇ ਕੰਮ ਨਹੀਂ ਹੋਏ। ਦੇਖੋ ਜੀ, ਮੈਂ ਗੱਲ ਕਹੂੰਗਾ, ਸਾਰੇ ਜੇ ਆਪਾਂ ਕਹੀਏ ਨਾ ਵੀ ਪ੍ਰਸ਼ਾਸਨ ਦੇ ਅਧਿਕਾਰੀ ਇੱਕੋ ਜਿਹੇ ਨੇ ਨਹੀਂ, ਜਾਂ ਜੇ ਪੰਜਾਬ ਚੱਲ ਰਿਹਾ ਜੇ ਹਰ ਅਧਿਕਾਰੀ ਕੰਮ ਕਰ ਰਿਹਾ ਵਾ ਅਤੇ ਉਹ ਤਾਂ ਹੀ ਪੰਜਾਬ ਡਿਵੈਲਪ ਹੋ ਰਿਹਾ। ਜੇ ਅਧਿਕਾਰੀ ਕੰਮ ਨਾ ਕਰਨਗੇ ਤਾਂ ਸਮਝ ਲਓ ਵੀ ਫਿਰ ਆ ਬੱਤੀ ਵੀ ਨਹੀਂ ਚੱਲ ਰਹੀ। ਸੋ ਕਹਿਣ ਦਾ ਭਾਵ ਇਹ ਆ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ, ਔਰ ਉਹ ਕਮੀਆਂ ਜਿੱਥੇ ਰਹਿ ਜਾਂਦੀਆਂ ਨੇ, ਅੱਜ ਆਮ ਆਦਮੀ ਪਾਰਟੀ ਦੇ ਜਿਹੜੇ MLA ਨੇ ਲੋਕਾਂ ਦੀ ਅਪਰੋਚ ਦੇ ਨਾਲ ਨੇ, ਔਰ ਲੋਕ ਰਾਤ ਨੂੰ ਸੋਚਦੇ ਨੇ, ਸਵੇਰੇ MLA ਸਾਹਿਬ ਕੋਲ ਬੈਠੇ ਹੁੰਦੇ ਨੇ। ਸੋ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਹੈ, ਜਿਹਦਾ ਕੰਮ ਰੁਕਦਾ ਹੈ, ਦਿੱਕਤ ਆਉਂਦੀ ਹੈ, ਉਹ ਆ ਕੇ ਸਾਨੂੰ ਮਿਲਦਾ ਹੈ ਅਤੇ ਆਪਾਂ ਉਸੇ ਟਾਈਮ ਹੀ ਅਫਸਰ ਨੂੰ ਆਗਾਹ ਕਰ ਦਈਦਾ ਵੀ ਆਹ ਕੰਮ ਨੂੰ ਆਪਣੇ ਨੂੰ ਆਪਾਂ ਵਧੀਆ ਢੰਗ ਨਾਲ ਵਰਤ ਕਰੀਏ। ਸੋ ਇਹਦੇ ਵਿੱਚ ਮੈਂ ਇਹ ਵੀ ਜਿਹੜੇ ਕੁਝ ਕੁ ਅਫਸਰ ਨੇ, ਮੈਂ ਉਹਨਾਂ ਨੂੰ ਇਹੋ ਬੇਨਤੀ ਕਰਦਾ ਵੀ ਡਿਊਟੀ ਜਿਹੜਾ ਸਮਾਂ ਸਾਨੂੰ ਡਿਊਟੀ ਦਾ ਮਿਲਿਆ ਉਹਨੂੰ ਵਧੀਆ ਢੰਗ ਨਾਲ ਆਪਾਂ ਡਿਊਟੀ ਕਰੀਏ, ਕੋਈ ਦਿੱਕਤ ਨਹੀਂ ਆ। ਸਰ, ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਦਾ ਆ ਰਿਹਾ, ਇਸ ਤਰੀਕੇ ਦੇ? ਬਿਲਕੁਲ ਜੀ, ਕੱਲ੍ਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਪੰਜਾਬ ਵਿਧਾਨ ਸਭਾ ਦੀ ਜਿਹੜੀ ਕਮੇਟੀ ਲੋਕਲ ਬਾਡੀ ਦੀ ਜਿਹੜੀ ਹੈ, ਕੱਲ੍ਹ ਉਹਦੀ ਬਟਾਲੇ ਮੀਟਿੰਗ ਰੱਖੀ ਹੈ ਜੀ, ਜਿਹੜਾ ਮੈਨੂੰ ਲੱਗਦਾ ਵੀ ਕਮਿਸ਼ਨਰ ਸਾਹਿਬ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ, ਪਹਿਲੀ ਵਾਰੀ ਕਮੇਟੀ ਵਿਧਾਨ ਸਭਾ ਦੀ ਜਿਹੜੀ ਹੈ, ਬੜੀ ਵੱਡੀ ਗੱਲ ਹੈ। ਅੱਜ ਤੱਕ ਬੜੀਆਂ ਸਰਕਾਰਾਂ ਰਹੀਆਂ, ਬੜੇ ਰਾਜ ਭਾਗ ਰਹੇ, ਪਰ ਕਿਸੇ ਨੇ ਕਮੇਟੀ ਦੀ ਪਹਿਲਕਦਮੀ ਨਹੀਂ ਕੀਤੀ। ਉਹ ਇਸ ਦਾਸ ਨੇ ਅੱਜ ਉਹ ਕਮੇਟੀ ਜਿਹੜੀ ਹੈ, ਕੱਲ੍ਹ ਦੀ ਜਿਹੜੀ ਮੀਟਿੰਗ ਹੈ ਉਹ ਵਾਲੀ ਜਿਹੜੀ ਕਰਨ ਜਾ ਰਹੇ ਹਾਂ ਅੱਜ, ਉਹਦੇ ਸੰਬੰਧੀ ਵੀ ਆਪਾਂ ਸਾਰੇ ਇਕੱਠੇ ਹੋਏ ਹਾਂ ਵੀ ਕੱਲ੍ਹ ਨੂੰ ਕੋਈ ਕਮੀ ਨਾ ਰਹੇ। ਅਫਸਰ ਸਾਹਿਬਾਨ ਵੀ ਉੱਪਰੋਂ ਬਾਹਰੋਂ ਆਉਣੇ ਨੇ, ਸਾਡੇ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਸਾਰੇ ਆਉਣੇ ਨੇ, ਕਿਉਂਕਿ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਬਰੀਫਲੀ ਆਪਾਂ ਕਰਨਾ ਹੈ, ਔਰ ਜਿਹੜੇ ਕੰਮਾਂ 'ਚ ਕਮੀਆਂ ਨੇ ਉਹ ਕਮੀਆਂ ਨੂੰ ਦੂਰ ਕਰਨਾ। ਸਾਡੇ ਜੀ MLA ਚੇਅਰਮੈਨ ਸਾਹਿਬ ਗੋਗੀ ਭਾਅ ਜੀ ਹੋਣੀ ਨੇ, ਜਿਹੜੇ ਲੁਧਿਆਣੇ ਤੋਂ ਨੇ, ਉਹ ਕੱਲ੍ਹ ਆ ਰਹੇ ਨੇ ਜੀ ਨਾਲ, ਉਹਨਾਂ ਦੇ ਨਾਲ ਬਤੌਰ ਜਿਹੜੇ MLA ਸਾਹਿਬਾਨ ਸਾਡੀ ਕਮੇਟੀ ਦੇ ਮੈਂਬਰ ਨੇ, ਜਿਹਦੇ ਵਿੱਚ ਇਹ ਦਾਸ ਵੀ ਤੁਹਾਡਾ ਉਸ ਕਮੇਟੀ ਦਾ ਮੈਂਬਰ ਆ, ਉਹ ਵੀ ਸਾਰੀ ਕਮੇਟੀ ਜਿਹੜੀ ਹੈ ਇੱਥੇ ਹਾਜ਼ਰ। ਠੀਕ ਹੈ।